ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਮਾਨਸੀਆ ਫਰੋਮ ਐਡੀ ਕ੍ਰੀਏਸ਼ਨਸ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਐਡੀ ਕ੍ਰੀਏਸ਼ਨਸ ਲੁਧਿਆਣਾ ਤੇ ਸਵਾਗਤ ਕਰਦੀ ਹਾਂ। ਹੋਪ ਤੁਸੀਂ ਸਾਰੇ ਬਹੁਤ ਅੱਛੇ ਹੋਵੋਗੇ, ਤੰਦਰੁਸਤ ਹੋਵੋਗੇ, ਪਰਮਾਤਮਾ ਕਰੇ ਸਭ ਤੰਦਰੁਸਤ ਰਹੋ, ਖੁਸ਼ ਰਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਸੀ ਸਾਡੀ ਨੈਕਸਟ ਐਗਜੀਬਿਸ਼ਨ ਹੈ, ਉਹ ਹੈ ਹੁਸ਼ਿਆਰਪੁਰ 18-19 ਅਕਤੂਬਰ, ਹੋਟਲ ਪ੍ਰੈਜੀਡੈਂਸੀ ਨੀਅਰ ਬੱਸ ਸਟਾਪ ਹੁਸ਼ਿਆਰਪੁਰ। ਉਹ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਹੈ, ਅੱਗੇ ਹੋਰਾਂ ਨੂੰ ਵੀ ਜ਼ਰੂਰ ਦੱਸਣਾ। ਅਤੇ ਦੂਸਰਾ, ਅੱਜ ਵੀਡੀਓ ਸਾਡੀ ਇੱਕ ਦਿਨ ਪਹਿਲਾਂ ਅਪਲੋਡ ਹੋਣੀ ਸੀ ਪਰ ਉਹ ਵੀਡੀਓ ਬਣ ਨਹੀਂ ਸਕੀ, ਬਾਈ ਚਾਂਸ ਮੈਨੂੰ ਵੀ ਕਿਤੇ ਜਾਣਾ ਪੈ ਗਿਆ। ਅਤੇ ਮੈਂ ਹੁਣ ਵੀਡੀਓ ਬਣਾ ਰਹੀ ਹਾਂ ਤਾਂ ਕਿ ਇੱਕ ਦਿਨ ਲੇਟ ਵੀਡੀਓ ਅਪਲੋਡ ਹੋ ਰਹੀ ਹੈ। ਮੈਨੂੰ ਇਹ ਸੀ ਮੈਂ ਵੀਡੀਓ ਨਹੀਂ ਕੈਂਸਲ ਕਰਨੀ, ਵੀਡੀਓ ਇੱਕ ਦਿਨ ਆਪਾਂ ਲੇਟ ਅਪਲੋਡ ਕਰ ਦਾਂਗੇ ਕਿਉਂਕਿ ਸੂਟ ਚਲੇ ਵੀ ਜਾਣੇ ਨੇ ਇਹ ਜਿਹੜੇ ਸਾਡੇ ਬਹੁਤ ਦੇਰ ਤੋਂ ਬਣ ਰਹੇ ਸੀ ਅਮੈਰੀਕਾ ਵਾਲਿਆਂ ਦੇ, ਯੂਬਾ ਸਿਟੀ ਵਾਲਿਆਂ ਦੇ, ਜੋ ਕਿ ਹੁਣ ਡਨ ਹੋ ਚੁੱਕੇ ਨੇ, ਕੋਰੀਅਰ ਕਰਨਾ ਬਾਕੀ ਹੈ ਅਤੇ ਅੱਜ ਕੋਰੀਅਰ ਹੋ ਜਾਣਗੇ। ਵੈਸੇ ਜਦੋਂ ਵੀਡੀਓ ਪੈਣੀ ਆ ਉਸ ਦਿਨ ਤਾਂ ਹੀ ਕੋਰੀਅਰ ਜਾ ਚੁੱਕਿਆ ਹੋਊਗਾ। ਅਤੇ ਆਪਾਂ ਵੀਡੀਓ ਨੂੰ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹ ਪ੍ਰਿੰਟਡ ਸੂਟ, ਮੈਂ ਜ਼ਿਆਦਾ ਨਹੀਂ ਖੋਲੂੰਗੀ ਅੱਜ। ਇਹ ਪ੍ਰਿੰਟਡ ਸੂਟ ਸ਼ਰਟ ਹੈ ਜੋਰਜਟ ਦੀ, ਪ੍ਰਿੰਟ ਮੈਨੂੰ ਅੱਛਾ ਲੱਗਿਆ, ਮੈਂ ਬਾਈ ਕਰ ਲਿਆ ਸੀ। ਅਤੇ ਇਹਦੇ ਨਾਲ ਚਨੋਨ ਚਫੋਨ ਦਾ ਦੁਪੱਟਾ, ਜਿਸ ਰੰਗ ਦੇ ਅਸੀਂ ਪਾਈਪਿੰਗ ਔਰ ਪੋਟਲੀ ਬਟਨ ਲਗਾਏ ਨੇ ਉਸੇ ਰੰਗ ਦੀ ਅਸੀਂ ਪਾਈਪਿੰਗ ਦੁਪੱਟੇ 'ਚ ਲਗਾ ਕੇ ਸ਼ਰਟ ਵਾਲਾ ਫੈਬਰਿਕ ਹੈ ਜੋ ਅਸੀਂ ਫਿਨਿਸ਼ਿੰਗ ਕਰਤੀ। ਇਹਦਾ ਦੁਪੱਟਾ ਰੈਡੀ ਹੋ ਗਿਆ ਔਰ ਜਿਹੜੀ ਬੋਟਮ ਹੈ ਇਹਦੀ, ਇਹ ਅਸੀਂ ਕਿਸੇ ਦੀ ਡਰੈਸ ਵੀ ਬਣਾਈ ਹੈ ਯੂਬਾ ਸਿਟੀ ਵਾਲੀ ਨੇ ਉਹ ਵੀ। ਅਤੇ ਇਹਦੇ ਵਿੱਚ ਅਸੀਂ ਪੈਚ ਵਰਕ ਕਰਵਾਇਆ ਸਲਵਾਰ ਦੇ ਵਿੱਚ ਨਾ, ਥੋੜ੍ਹਾ ਜਿਹਾ ਖੋਲ੍ਹ ਕੇ ਦਿਖਾ ਦਿੰਦੇ ਹਾਂ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੈ ਜ਼ਿਆਦਾ ਫਿਰ ਦੁਬਾਰਾ ਪੈਕਿੰਗ ਨੂੰ। ਜੋ ਸ਼ਰਟ 'ਤੇ ਅਸੀਂ ਪ੍ਰਿੰਟ ਨਾ ਉਹਨੂੰ ਅਸੀਂ ਸਲਵਾਰ ਦੇ ਫਰੰਟ 'ਤੇ ਪੈਚ ਕਰਵਾ ਤਾ ਔਰ ਨੀਚੇ ਜਦੋਂ ਅਸੀਂ ਮੂਹਰੀ ਬਣਾਈ ਹੈ ਨੀਚੇ ਅਸੀਂ ਉਸਦੀ ਪਾਈਪਿੰਗ ਦਿੱਤੀ ਹੈ ਸ਼ਰਟ ਵਾਲੀ ਉਸਦੀ। ਇੱਕ ਤਾਂ ਇਹ ਸੂਟ ਹੋ ਗਿਆ, ਵੀਡੀਓ ਦੇ ਲਾਸਟ 'ਚ ਜੋ ਮੈਂ ਪਾਇਆ ਸੂਟ ਮੈਂ ਤੁਹਾਨੂੰ ਇਹਦੀ ਵੀ ਥੋੜ੍ਹੀ ਡਿਟੇਲ ਦੱਸ ਦਊਂਗੀ, ਜਿੰਨਾ ਬਰੀਕੀ ਵਾਲਾ ਇਹਦੇ ਵਿੱਚ ਕੰਮ ਹੋਇਆ ਮੈਂ ਦਿਖਾਊਂਗੀ, ਉਹ ਐਂਡ ਦੇ ਵਿੱਚ ਦਿਖਾ ਦੂੰ। ਪਹਿਲਾਂ ਮੈਂ ਇਹ ਵਾਲੇ ਸੂਟ ਕੰਪਲੀਟ ਕਰਦਾ ਕਿਉਂਕਿ ਅਸੀਂ ਪੈਕ ਕਰਕੇ ਕੋਰੀਅਰ ਭੇਜਣੇ ਨੇ। ਨੈਕਸਟ ਸੂਟ ਸਾਡਾ ਕੋਟਨ ਦਾ, ਇਹ ਜੋਰਜਟ ਦੇ ਵਿੱਚ ਸੀ, ਇਹਦੇ ਨਾਲ ਜਿਹੜੀ ਸਲਵਾਰ ਹੈ ਉਹ ਕੰਨੀ ਸਿਲਕ ਦੀ ਮੈਚ ਕਰੀ ਹੈ ਉਹ ਲਗਾਈ ਹੈ ਅਸੀਂ। ਨੈਕਸਟ ਸੂਟ ਉਹਨਾਂ ਨੇ ਇਹ ਵਾਲਾ ਬੁੱਕ ਕੀਤਾ ਸੀ, ਇਹਦੇ ਵਿੱਚ ਕਰੀਮ ਕਲਰ ਦੀ ਬੋਟਮ ਹੈ ਤਾਂ ਕਰੀਮ ਕਲਰ ਦੀ ਪਾਈਪਿੰਗ ਲਗਾ ਕੇ ਇੱਥੇ ਅਸੀਂ ਨੈਕ 'ਤੇ ਪੋਟਲੀ ਬਟਨ ਦਿੱਤੇ ਕਿਉਂਕਿ ਇਹਦੇ ਵਿੱਚ ਇੱਥੇ ਕੁੜਤਾ ਪੱਟੀ ਸਟਾਈਲ ਨਹੀਂ ਬਣਾਇਆ, ਇੱਥੇ ਦਿੱਤੇ। ਇਸ ਤਰ੍ਹਾਂ ਇਹਦਾ ਦੁਪੱਟਾ ਜਿਹੜਾ ਹੈਗਾ ਤੁਸੀਂ ਪੁਰਾਣੀਆਂ ਵੀਡੀਓਜ਼ 'ਚ ਦੇਖਿਆ ਹੋਣਾ, ਜਿਵੇਂ ਇੱਥੋਂ ਤੋਂ ਸਾਰਾ ਦੁਪੱਟਾ ਉਹ ਕਰੀਮ ਹੈ, ਸਿਰਫ ਪੱਲੇ ਪੱਲੇ ਟਾਈ ਐਂਡ ਆਈ ਨੇ ਇਹਦੇ। ਫੋਲਡ ਖੋਲ੍ਹਣ ਤੋਂ ਮੈਨੂੰ ਥੋੜ੍ਹਾ ਜਿਹਾ ਇੱਦਾਂ ਹੁੰਦਾ ਵੀ ਸੂਟ ਪੈਕ ਕਰਨੇ ਔਖੇ ਹੋ ਜਾਣਗੇ। ਤੁਸੀਂ ਮੇਰੀਆਂ ਪੁਰਾਣੀਆਂ ਪਿਛਲੀਆਂ ਵੀਡੀਓਜ਼ 'ਚ ਕੋਟਨ ਦੇ ਸੂਟ ਦੇਖੋਗੇ, ਉਹਦੇ ਵਿੱਚ ਇਹ ਸੂਟ ਦਿਖਾਏ ਹੋਏ ਨੇ। ਇਹ ਕਰੀਮ, ਕਿਉਂਕਿ ਇਹਦੀ ਸਲਵਾਰ ਹੈ ਜਿਹੜੀ ਉਹ ਕਰੀਮ ਕਲਰ ਦੀ ਹੈ, ਇਹਦੇ ਵਿੱਚ ਵੀ ਅਸੀਂ ਸ਼ਰਟ ਵਾਲੇ ਕੱਪੜੇ ਦੀ ਪਾਈਪਿੰਗ ਦਿੱਤੀ ਹੈ ਔਰ ਇਹਦੇ ਵਿੱਚ ਕਿਉਂਕਿ ਸਾਰੇ ਮੇਰੀ ਮਰਜ਼ੀ ਨਾਲ ਹੀ ਬਣਦੇ ਨੇ ਇਹਨਾਂ ਦੇ ਕੱਪੜੇ, ਤਾਂ ਹਰ ਸੂਟ ਦੇ ਵਿੱਚ ਕੁਛ ਡਿਫਰੈਂਟ ਕਰਨਾ ਸੀ। ਮੈਂ ਕੀ ਕੀਤਾ, ਇਹਦੇ ਵਿੱਚ ਪੈਚ ਵਰਕ ਇਸ ਤਰ੍ਹਾਂ ਕਰਵਾਤਾ, ਇਸਦਾ ਕੱਪੜਾ ਲੈ ਕੇ ਸ਼ਰਟ ਦਾ ਉਹਦੇ ਪੈਚਸ ਕਰਵਾਤੇ, ਨਾਲ ਐਮਬਰਾਇਡਰੀ ਕਰਵਾਤੀ ਬੋਟਮ 'ਤੇ, ਉਹਦੇ ਵਿੱਚ ਜਿਹੜੇ ਕਲਰ ਨੇ ਜਿਵੇਂ ਪਿੰਕ ਹੈ, ਗ੍ਰੇਸ਼ ਗ੍ਰੀਨ ਜਿਹਾ, ਤਾਂ ਉਹ ਉੱਦਾਂ ਦੇ ਕਲਰ ਪਵਾਤੇ, ਬਾਕੀ ਪੈਚ ਕਰਕੇ ਫਰੰਟ 'ਤੇ ਸੋਹਣਾ ਲੱਗੇਗਾ। ਇੱਕ ਇਹ ਸੂਟ ਹੈ ਉਹ ਗਿਆ ਵੀ ਤੁਸੀਂ ਪਹਿਲਾਂ ਦੇਖਿਆ ਹੋਇਆ, ਇਹਦੀ ਬੋਟਮ 'ਤੇ ਐਮਬਰਾਇਡਰੀ ਦੇਖੀ ਹੈ ਤੁਸੀਂ, ਇਹ ਵੀ ਅਸੀਂ ਇੱਦਾਂ ਹੀ ਡਾਈ ਕਰਿਆ ਟਾਈ ਐਂਡ ਡਾਈ, ਉੱਪਰੋਂ ਸਾਰਾ ਸਲਵਾਰ ਵਾਲਾ ਕਲਰ ਹੈ ਦੁਪੱਟੇ ਦਾ, ਪੱਲੇ ਨੇ ਜਿਹੜੇ ਉਹ ਪੇਂਟ ਇਹ ਵਾਲੇ ਕਲਰ ਟਾਈ ਡਾਈ ਨੇ ਔਰ ਨੀਚੇ ਸਿਰਫ ਪੱਲੇ 'ਤੇ ਅਸੀਂ ਲੇਸ ਲਗਵਾਈ ਆ ਸਾਰੀ ਦੁਪੱਟਿਆਂ 'ਤੇ, ਅਤੇ ਮੈਂ ਕਿਤੇ ਪੱਲੇ 'ਤੇ ਲਗਵਾ ਦਿੰਦੀ ਹਾਂ ਕਦੇ ਕਿਵੇਂ, ਕਿਉਂਕਿ ਮੇਰੇ ਦੁਪੱਟੇ 'ਤੇ ਹੁੰਦੀਆਂ ਨਹੀਂ, ਮੈਨੂੰ ਹਰ ਕੋਈ ਕਹਿ ਦਿੰਦਾ ਆਪਣੀ ਮਰਜ਼ੀ ਨਾਲ ਬਣਾ ਦਿਉ, ਤਾਂ ਮੈਂ ਕੁਛ ਮਰਜ਼ੀ ਆਪਣੀ ਕਰ ਦਿੰਦੀ ਹਾਂ, ਕੁਛ ਇਹ ਦੇਖਦੀ ਹਾਂ ਵੀ ਉਹਨਾਂ ਨੂੰ ਕੀ ਪਸੰਦ ਹੈ। ਇਹਨਾਂ ਨੇ ਮੈਨੂੰ ਕਿਹਾ ਸੀ ਕਿ ਅਗਰ ਆਪਾਂ ਇਹ ਵਾਲੀ ਇੰਬਰਾਇਡਰੀ ਨੂੰ ਸਲੀਵਸ 'ਚ ਵੀ ਲੈ ਲਈਏ, ਤਾਂ ਮੈਂ ਇਹਦੀਆਂ ਸਲੀਵਸ ਦੇ ਵਿੱਚ ਵੀ
लेसिस पा के चाहते सी मैं कहते जी मैं थोड़े मम्मी दे लेस वाला सूट पाया उदा बना के दो ते मैं एद विच एम्ब्रॉयडरी करवा के दोनों साइड असी लेस करती बैल स्लीवस बनाईया ने और विच एम्ब्रॉयडरी वाला बॉटम वाला असी लगाता फैब्रिक ए इस तरह सूट ये भी कॉटन का सूट है। बहुत सारे सूट बने ने कुछ मैं पहला वाली वीडियोस च दिखा चुकी हाँ कुछ अज दिखा रही हाँ। नैक्सट मैनू जेडे टिशू के सूट बना के मैं किसी नूं दित्ते सी इन्ना ज़्यादा ऑर्डरस आ रहे ने ते असी रेडी तो कर ही रहे हैं पर हौली हौली रेडी होंगे ने हुण मैं ये दिखाने लई जिन्ने क रेडी हो गए दिखा रही हाँ थोनू। ग्रीन कलर का मेरे को हाले फैब्रिक अवेलेबल नहीं हो रहा मेहंदी ग्रीन कलर के भी बहुत बुकिंग आ रही है। आ सूट इस टाइम रेडी है 6500 का सूट है वही जिम्मे मैं थोड़ा दसिया टिशू की फिनिशिंग नाल समोसा लेस नीचे पैच तो ये वाला स्लीव तो हो जाएगा इस तरह जिस तरह फ्रंट है उसी तरह सिर्फ पल्ले पल्ले तो नीचे पैच वर्क है। एक ये सूट रेडी हो गया ये सारे सूट 6500 की रेंज के विच ने ए सैमी ग्यावाडीन सिल्क की तरह है पर ये सैमी है डबल शेड दिंदा है ये विच पल्ले ते इत्थे कम नीचे तो उपर नू डिजाइनिंग तुसी देखी हुई है टिशू के सूट्स देखोगे ना तो सारे डिजाइन मेरे थोनू दिखाए हुए ने यह सारा टिशू का पैच वर्क किया हुआ नाल एम्ब्रॉयडरी है और इदिया जड़िया स्लीव्स ने वो है ने इस तरह ये स्लीव्स दुपट्टा प्योर टिशू का कॉस्ट ये भी सेम है पिंक सूट भी रेडी होया से सेल हो चुके हैं पर होर बन जाएंगे क्योंकि वो भी काफ़ी डिमांड है या चिनोन शिफॉन के दुपट्टे नाल रेडी किया टिशू का दुपट्टा भी उन्ना ही कॉस्टली है चिनोन शिफॉन का भी तो प्राइस सेम है इना दी प्राइस है जी चनोन शिफॉन और टिशू के दुपट्टे नाल सेम है 6500 ये वाला सूट है ये दुपट्टे की फिनिशिंग रह गई है एदा नीचे वर्क हैवी है ये पल्ले ते ये तीन सूट रेडी हो गए होर रेडी हो रहे हैं उन्होंने मैं वीडियो फिर पूरी खोल के दिखाऊंगी नैक्सट वीडियोज़ के अज क्योंकि मैं यूबा सिटी वाले दे दिखाने से सारे एक बार वो चैक कर लेंगे अपने सूट ये स्लीव्स ने कॉस्ट 6500 सैमी टिशू का सूट है प्योर टिशू का दुपट्टा दुपट्टे दे विच फिनिशिंग हाले बाकी है हो जाएगी। ये प्रिंट रेडी किया ये भी जॉर्जेट प्रिंट है मैं प्रिंट जो सोहना लगता मैं लै ली हूँ है मेरे पास फैब्रिक होर ये असी बेज कलर डाई करवा लिया आ वाला दुपट्टे का भी और सलवार का भी जॉर्जेट के करिए सलवार ये भी जॉर्जेट फैब्रिक है और ये असी फिनिशिंग सारी शर्ट वाली करती और जिहड़ी सलवार है उहदे ते इस तरह एम्ब्रॉयडरी बस ये स्टिच होनी सीगी स्टिच बाकी सारी हो चुकी है सिर्फ सिलाई जोड़नी रह गई फिर ये इन्हां नूं एम्ब्रॉयडरी चाहीदी सी ते ये वाले फ्लावर असी ये कलर लैके ये इदां करते ये भी डन है बस हुण इत्थे पाइपिंग लगा के बस जोड़नी है बाकी सारी सलवार रेडी है। एक ये सूट है ये प्योर क्रेप दे विच बने है ब्लैक कलर उन्होंने मंगया सीगा इहदे विच असी पिंक और पीच दो कलर का मैं पैच करवाया तो उही कलर की असी पाइपिंग लगवाई है ये हैगा इस तरह तुसी मेरा पर्पल सूट देखिया सेम वर्क नूं मैं इहदे विच पिंक और पीच कलर लैके बनाया नीचे डबल कटवर्क उहदे विच भी ग्रीन कलर दिता हुआ तीन कलर का कटवर्क है वही तीन कलर दे विच पैच और एम्ब्रॉयडरी होगी गोल्डन है ग्रीन लाइट और डार्क है पीच और पिंक है ये सारे कलर इसी तरह स्लीव्स ने सेम मेरा सूट बहुत बारी वीडियोस पा चुकी हूँ मैं ये स्लीव्स ने ये प्योर क्रेप 60 ग्राम प्योर क्रेप च बने हैं
और इहदी जिहड़ी बॉटम है वह भी उसी तरह जिस तरह मैं थोनू हुणे एक दिखाया सीगा प्रिंटड सूट उस च भी असीं ये वर्क लै लिया। इस तरह बॉटम होएगी, नीचे पिंक कलर की पाइपिंग दिती है मूहरी ते असीं दुपट्टा लैरिया टाई एंड आई। मैं ज़्यादा खोल नहीं रही सॉरी क्योंकि सूट पैक करन दा टाइम नहीं हैगा, बहुत लेट हो रहा कोरियर भेजन तो। इहदे विच सारे कलर पाके असी देखो पीच ब्लैक ग्रीन लाइट डार्क बेज सारे कलर पाके असी जो जो दे विच आ गए गोल्डन वगैरह वो असी लैरिया दे विच टाई डाई कराया दुपट्टा। एक कली वाला शरारा रेडी होया है, इन्होंने कहा मैं अपना एवं बनाते दी उन्होंने एक पिक्चर भेजो कहते मैं सेम चाहिए जो तुसी बनाया। तो ये शरारा असी कलिया वाला कट के ये उन्ना ही ब्लॉक चलाया नाल मैं एक एक बूटी पवाती। खुला शरारा रेडी होया कलिया वाला और ये जी शर्ट है वो भी सेम वर्क किया पल्ले ते। शर्ट का पल्ला थोड़ा जहा वाला खोल के दिखाना पो क्योंकि पहले किसी भी वीडियो च नहीं दिखाया होया। ये शर्ट है और इहदियां स्लीव्स ने जिहड़ियां उहनां ते सिर्फ वेल स्लीव्स ने इन्ना वर्क करता। पूरा खोल के दिखाने आ तुहानूं सूट किस तरह लगदा। इस तरह ही शरारा हो गया। ये शर्ट इहदे विच ब्लू कलर दे बटन्स लगाए ने। और इहदी जिहड़ा दुपट्टा है प्योर च नॉन शिफॉन दा दुपट्टे दे विच असीं ये वैसे ब्लैक एंड वाइट डिजाइन वाला डिजाइन बनाया दोनों पल्लिया ते ये ब्लॉक चलाया। पहला मेरे कारीगर ने सिर्फ पट्टी बनाती सी फिर मैं उन्हें कहा भी मैनू पूरा वर्क करके दे। ये फिर असी नाल जाल चलवाता सेंटर प्लेन है एक ए हो गया ये सैमी क्रेप च बने और प्योर च नॉन शिफॉन का दुपट्टा। वीडियो दे लास्ट च मैं थोनू दिखाऊंगी ये सूट मैं पेंट किया। जिहड़ा डिजाइन है एदा एल शेप थोड़ा जिहा एल शेप एक साइड ते फ्लावर आणगे बहुत पहला मैं पेंट किया सी और इन्ने लोगों को सूट पसंद सी मल्टी कलर जे इदा ही फ्लावर पाए सीगे मैनू फिर आइडिया आया मैं सेम बनाउनी आ दोबारा। बहुत ज़्यादा वो वीडियो दे मैनू स्क्रीनशॉट आते रहते हैं। ये स्लीव्स ने चार साल बाद मैं पेंट दोबारा किया थोड़ा जहा चेंज करता। इहदा जिहड़ा दुपट्टा है वह प्योर ऑरगैनजा दा इस तरह जिस तरह नीचे फ्लावर है उसी तरह मैं इहदे दुपट्टे च लै लिया। और इहदा जिहड़ी लेस है वह भी उही कलर जिवें इहदे विच पर्पल येलो पिंक ग्रीन ये कलर आते हैं उसी तरह इहदे विच बस एक फरोजी एक्सट्रा आ गया पर्पल भी हैगा ग्रीन भी हैगा येलो भी हैगा आ थोड़ा रेड आ गया मजेंटा भी हैगा पिंक जिवें इहदे विच पाया उही मल्टी कलर असीं समोसा लेस लगाई है नाल सेम सूट वाले फैब्रिक की फिनिशिंग दिती है। ये सूट हो जाता है हैंड पेंट के विच क्योंकि मैं एक एक करके पेंटिंग करती रहनी हूँ अजकल
दिन ਤਾਂ ਮੈਨੂੰ ਡਿਸਟਰਬੈਂਸ ਬਹੁਤ ਹੁੰਦੀ ਹੈ ਫਿਰ ਮੈਂ ਰਾਤ ਨੂੰ ਪੇਂਟਿੰਗ ਕਰਦੀ ਹਾਂ ਕਿ ਕਾਰੀਗਰਾਂ ਨੂੰ ਵੀ ਕੰਮ ਦੱਸਣਾ ਹੁੰਦਾ ਨਹੀਂ ਮੈਨੂੰ ਆ ਜਾਂਦਾ ਤੁਸੀਂ ਪੇਂਟ ਨਹੀਂ ਕਰਦੇ ਪੇਂਟ ਵਾਲੇ ਸੂਟ ਬਣਾਓ ਤਾਂ ਹੁਣ ਮੈਂ ਰੋਜ਼ ਕੋਸ਼ਿਸ਼ ਕਰਦੀ ਹਾਂ ਵੀ ਅੱਧਾ ਕੁ ਸੂਟ ਹਰ ਰੋਜ਼ ਪੇਂਟ ਹੋ ਜਾਏ ਦੋ ਦਿਨ ਦੇ ਵਿੱਚ ਮੈਂ ਇੱਕ ਸੂਟ ਪੇਂਟ ਕਰ ਸਕਾਂ ਔਰ ਪੇਂਟਿੰਗ ਹੁੰਦੀ ਆ ਮੂਡ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਪੇਂਟਿੰਗ ਹੁੰਦੀ ਆ ਹਮੇਸ਼ਾ ਅਗਰ ਤੁਸੀਂ ਆਪਣੇ ਅੰਦਰੋਂ ਸੋਹਣਾ ਜਿਹਾ ਕੁਛ ਕਰਨਾ ਚਾਹੋ ਤਾਂ ਉੱਦਾਂ ਤਾਂ ਜੋ ਮਰਜ਼ੀ ਕਰੇ ਚਲੋ ਅਤੇ ਕੁਛ ਚੇਂਜ ਕਰਨ ਲਈ ਮੈਨੂੰ ਹੁੰਦਾ ਜਦੋਂ ਮੈਨੂੰ ਕੋਈ ਡਿਸਟਰਬ ਨਾ ਕਰੇ ਬਿਲਕੁਲ ਇਕੱਲੀ ਮੈਂ ਉਦੋਂ ਪੇਂਟ ਕਰਦੀ ਹਾਂ ਇਹ ਸੂਟ ਪੇਂਟ ਕੀਤਾ ਹੋਰ ਵੀ ਕਰ ਰਹੀ ਹਾਂ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਮੇਰਾ ਆਪਣਾ ਸੂਟ ਇਹ ਸੂਟ ਤੁਸੀਂ ਮੇਰਾ ਪਹਿਲਾਂ ਦੇਖਿਆ ਹੋਇਆ ਪਰ ਹੁਣ ਪਾਇਆ ਹੋਇਆ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਇਹਦੇ ਵਿੱਚ ਬਹੁਤ ਹੈਵੀ ਵਰਕ ਹੈ ਬਹੁਤ ਬਰੀਕੀ ਦੇ ਵਿੱਚ ਇਹਦੇ ਵਿੱਚ ਬਰਡਸ ਵੀ ਬਣੇ ਹੋਏ ਨੇ ਬਰੀਕ ਬਰੀਕ ਕੰਮ ਹੈ ਇਹ ਸਲੀਵਸ ਬਹੁਤ ਹੈਵੀ ਨੇ ਪੈਨਲਸ ਦੇ ਵਿੱਚ ਬਹੁਤ ਬਰੀਕ ਬਰੀਕ ਇੰਬਰੋਇਡਰੀ ਲੋਕ ਕਹਿੰਦੇ ਨੇ ਤੁਹਾਡੇ ਸੂਟ ਕੋਸਟਲੀ ਹੁੰਦੇ ਨੇ ਕੰਮ ਦੇਖੋ ਮੈਨੂੰ ਉਹ ਕੰਮ ਨਹੀਂ ਮੋਟਾ ਮੋਟਾ ਪਸੰਦ ਅਤੇ ਇਹਦੀਆਂ ਜਿਹੜੀਆਂ ਸਲੀਵਸ ਨੇ ਉਹ ਵੀ ਬਹੁਤ ਹੈਵੀ ਨੇ ਇੱਥੇ ਬਰਡਸ ਬਣੇ ਹੋਏ ਨੇ ਬਾਰਡਰਸ ਅਲੱਗ ਅਲੱਗ ਨੇ ਬਾਈ ਚਾਂਸ ਅੱਜ ਮੈਂ ਸੂਟ ਪਾਇਆ ਸੀ ਸੋਚਿਆ ਵੀ ਇਹ ਵੀ ਮੈਂ ਵੀਡੀਓ 'ਚ ਦਿਖਾ ਦਿੰਦੀ ਹਾਂ ਔਰ ਨੈਕ ਹੈ ਜਿਹੜਾ ਉਹ ਵੀ ਇਸ ਤਰ੍ਹਾਂ ਬਣਿਆ ਹੋਇਆ ਬਹੁਤ ਹੈਵੀ ਉੱਪਰੋਂ ਪੂਰਾ ਆ ਰਿਹਾ ਗਲਾ ਬਣ ਕੇ ਈਵਨ ਕਿ ਬੈਕ 'ਚ ਵੀ ਵਰਕ ਤੁਹਾਨੂੰ ਦੇਖਣ ਨੂੰ ਮਿਲੂਗਾ ਪੈਨਲਸ ਨੇ ਬੈਕ 'ਤੇ ਔਰ ਉੱਪਰ ਇੱਕ ਫਲਾਰ ਹੈ ਔਰ ਇਹਦੀ ਅਗਰ ਤੁਸੀਂ ਸਲੀਵਸ ਦੇਖੋਗੇ ਸੋਰੀ ਮੂਹਰੀ ਦੇਖੋਗੇ ਬੋਟਮ ਦੀ ਉਹ 'ਚ ਵੀ ਇਸ ਤਰ੍ਹਾਂ ਵਰਕ ਹੈ ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋਊਗਾ ਅਤੇ ਹੁਣ ਜਿੰਨਾ ਇਹਦੇ ਵਿੱਚ ਬਰੀਕੀ ਵਾਲਾ ਵਰਕ ਕਰਾਂਗੇ ਤਾਂ ਉਹਦੀ ਕੋਸਟ ਵੀ ਹੈਵੀ ਹੋਊਗੀ ਅਗਰ ਤੁਸੀਂ ਬਣਵਾਉਣਾ ਚਾਹੋ ਇਹ ਸੂਟ ਨੂੰ ਬਣਾਉਣ ਲਈ ਅਸੀਂ ਕਾਫੀ ਖੁੱਲ੍ਹਾ ਟਾਈਮ ਲੈਂਦੇ ਹਾਂ ਆਲਰੇਡੀ ਆਰਡਰ ਚੱਲ ਰਹੇ ਨੇ ਅਤੇ ਇਹ ਸੂਟ ਨੂੰ ਤਾਂ ਵੈਸੇ ਹੀ ਬਣਾਉਣ ਨੂੰ 27-28 ਦਿਨ ਲੱਗ ਜਾਂਦੇ ਨੇ ਹੌਲੀ ਹੌਲੀ ਬਣਦਾ ਇਹ ਰੈਡੀ ਹੋ ਸਕਦਾ ਹੈ ਵੈਸੇ ਵੀ 3D ਇਹਦੇ ਨਾਲ ਤੁਸੀਂ ਦੇਖੋਗੇ ਮੇਰੀ ਮਹਿੰਦੀ ਕਲਰ ਦੀ ਸਲਵਾਰ ਹੈ ਬਲੂ ਕਲਰ ਦੀ ਸ਼ਰਟ ਹੈ ਪਿਓਰ ਦੇ ਵਿੱਚ ਔਰ ਦੁਪੱਟਾ ਲੈਮਨ ਯੈਲੋ ਔਰ ਦੁਪੱਟੇ ਦੇ ਵਿੱਚ ਲੇਸ ਗ੍ਰੀਨ ਕਲਰ ਦੀ ਲਗਾਈ ਹੈ ਔਰ ਉਲਟੀ ਸਾਈਡ ਹੈ ਸਿਲਕ ਦੀ ਪੱਟੀ ਹੈ ਜੋ ਸਲਵਾਰ ਵਾਲੇ ਕੱਪੜੇ ਦੀ ਲਗਾਈ ਹੈ ਇਹ ਸੂਟ ਹੋ ਜਾਂਦਾ ਇਹਨੂੰ ਆਪਾਂ ਹੋਰ ਕਿਸੇ ਵੀ ਕਲਰ ਕੰਬੀਨੇਸ਼ਨ 'ਚ ਬਣਾ ਸਕਦੇ ਹਾਂ ਕੰਮ ਨੂੰ ਘੱਟ ਕਰਵਾ ਸਕਦੇ ਹਾਂ ਜ਼ਰੂਰੀ ਨਹੀਂ ਤੁਸੀਂ ਇੰਨਾ ਹੀ ਹੈਵੀ ਬਣਾਉਣਾ ਮੈਨੂੰ ਸ਼ੌਕ ਹੈ ਥੋੜ੍ਹਾ ਜਿਹਾ ਅਗਰ ਪਿਓਰ ਦਾ ਸੂਟ ਹੈ ਮੈਂ ਹੈਵੀ ਹੀ ਬਣਾ ਲੈਂਦੀ ਹਾਂ ਲਾਈਟ ਵੀ ਹੁੰਦੇ ਨੇ ਪਰ ਹੈਵੀ ਵੀ ਹੁੰਦੇ ਨੇ ਅਤੇ ਬਾਕੀ ਇਹਨੂੰ ਕੰਮ ਨੂੰ ਆਪਾਂ ਜਿੰਨਾ ਮਰਜ਼ੀ ਘੱਟ ਕਰ ਲਈਏ ਕੋਸਟ ਉਸ ਤਰ੍ਹਾਂ ਹੁੰਦੀ ਜਾਊਗੀ ਬਾਕੀ ਅੱਜ ਦੀ ਵੀਡੀਓ 'ਚ ਹੋਪ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਬਹੁਤ ਲੋਕ ਕਹਿੰਦੇ ਨੇ ਪ੍ਰਾਈਸ ਦੱਸੋ ਪ੍ਰਾਈਸ ਦੱਸੋ ਪ੍ਰਾਈਸ ਹੁਣ ਕਈ ਸੂਟਾਂ ਦੀ ਧਿਆਨ 'ਚ ਹੀ ਨਹੀਂ ਹੁੰਦੀ ਅਤੇ ਮੈਨੂੰ ਹੁੰਦਾ ਮੈਂ ਵੀਡੀਓ ਬਣਾ ਦਾਂ ਪ੍ਰਾਈਸ ਪੁੱਛਣ ਲਈ ਤੁਸੀਂ ਮੈਨੂੰ ਸਕਰੀਨਸ਼ੋਟ ਭੇਜਿਆ ਕਰੋ ਮੇਰੇ ਵਟਸਐਪ ਨੰਬਰ 'ਤੇ ਅਤੇ ਮੈਂ ਤੁਹਾਨੂੰ ਪ੍ਰਾਈਸ ਦੱਸ ਦਿੰਦੀ ਹਾਂ ਤਕਰੀਬਨ ਕਈ ਵਾਰੀ ਹੁੰਦਾ ਮੇਰੇ ਤੋਂ ਕਾਲ ਨਹੀਂ ਅਟੈਂਡ ਹੁੰਦੀ ਅਸੀਂ ਬਿਜ਼ੀ ਹੁੰਦੇ ਹਾਂ ਅਤੇ ਮੈਂ ਤੁਹਾਨੂੰ ਬੈਕ ਮੈਸੇਜ ਤਾਂ ਕਰਦੀ ਹਾਂ ਹਮੇਸ਼ਾ ਅਤੇ ਉਹ ਤੁਸੀਂ ਪਲੀਜ਼ ਮੈਸੇਜ ਕਰ ਦਿਆ ਕਰੋ ਮੈਂ ਰਿਪਲਾਈ ਕਰ ਦਿੰਦੀ ਹੁੰਦੀ ਹਾਂ ਇੱਕ ਦਿਨ ਲੱਗ ਜਾਂਦਾ ਦੋ ਦਿਨ ਲੇਟ ਵੀ ਹੋ ਜਾਂਦਾ ਪਰ ਜ਼ਰੂਰ ਰਿਪਲਾਈ ਮੈਂ ਕਰਦੀ ਹਾਂ ਸਾਰਿਆਂ ਨੂੰ ਅਤੇ ਇਹਨਾਂ ਦੇ ਵਿੱਚੋਂ ਅਗਰ ਤੁਹਾਨੂੰ ਪਸੰਦ ਆਉਂਦੇ ਨੇ ਸਕਰੀਨਸ਼ੋਟ ਭੇਜ ਦਿਓ ਹੈਂਡ ਪੇਂਟ ਦੇ ਤਾਂ ਰੈਡੀ ਕਰਨੇ ਪੈਣਗੇ ਮੈਂ ਟਾਈਮ ਬਹੁਤ ਲੈਂਦੀ ਹਾਂ ਕਿਉਂਕਿ ਬੜੇ ਆਰਾਮ ਨਾਲ ਪੇਂਟਿੰਗ ਕਰਨੀ ਹੁੰਦੀ ਹੈ ਅਤੇ ਬਾਕੀ ਮੈਂ ਤੁਹਾਨੂੰ ਨੈਕਸਟ ਵੀਡੀਓ 'ਚ ਕੁਛ ਹੋਰ ਬੜੇ ਸੋਹਣੇ ਸੂਟ ਰੈਡੀ ਕੀਤੇ ਨੇ ਅਸੀਂ ਉਹ ਦਿਖਾਉਂਗੀ ਉਹ ਸਰਪ੍ਰਾਈਜ਼ ਆ ਉਹਦਾ ਤੁਸੀਂ ਵੇਟ ਕਰਨਾ ਕੁਛ ਡਿਫਰੈਂਟ ਕੀਤਾ ਉਹਦੇ ਵਿੱਚ ਮੈਂ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵੀ ਕੱਲ੍ਹ ਹੀ ਪੈ ਜਾਣੀ ਹੈ ਕਿਉਂਕਿ ਸਾਡੀ ਆਹ ਵੀਡੀਓ ਇੱਕ ਦਿਨ ਲੇਟ ਹੈ ਕੱਲ੍ਹ ਫਿਰ ਮਿਲਦੇ ਹਾਂ ਥੈਂਕ ਯੂ ਸੋ ਮੱਚ